ਲਖਣੀ ਕਸ਼ਮੀਰ ਦੇ ਨੌਗਾਮ ਵਿੱਚ ਅਤਵਾਦੀ ਦੇ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਏਗਾ ਜਵਾਨ ਸਤਬੀਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਜਿਵੇਂ ਹੀ ਖਡੂਰ ਸਾਹਿਬ ਪਿਛਲੇ ਉਸਦੇ ਪਿੰਡ ਵਈ ਪੂਈ ਵਿੱਚ ਪਹੁੰਚੀ ਤਾਂ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਪੰਜਾਬ ਦੇ ਕੈਬਨਿਟ ਮੰਤਰੀ ਸੁਪਰੀਜਿੰਦਰ ਬਾਜਵਾ ਸਿੱਖਿਆ ਮੰਤਰੀ ਪਰਗਤ ਸਿੰਘ ਤੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸ਼ਹੀਦ ਦੇ ਘਰ ਪਹੁੰਚੇ ਤੇ ਉਹਨਾਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਇਸ ਮੌਕੇ ਤੇ ਸਾਂਝਾ ਕੀਤਾ ਦੱਸਿਆ ਕਿ 19 ਰਾਸ਼ਟਰੀ ਰਾਈਫਲ ਵਿੱਚ ਲਾਸ ਨਾਇਕ ਵੱਜੋਂ ਤਨਾਕ ਸ਼ਹੀਦ ਸਤਬੀਰ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਅਤੇ ਇੱਕ ਜੀ ਨੂੰ ਨੌਕਰੀ ਦੇਣ ਦਾ ਪੰਜਾਬ ਸਰਕਾਰ ਨੇ ਇਸ ਮੌਕੇ ਤੇ ਐਲਾਨ ਕੀਤਾ ਹੈ। ਸੋ ਸ਼ਹੀਦ ਦੇ ਪਿੰਡ ਵਈਪੂਏ ਤੇ ਵਿੱਚ ਸੋਗ ਦੀ ਲਹਿਰ ਇਸ ਖਬਰ ਨਾਲ ਦੌੜ ਗਈ ਤੇ ਹੁਣ ਇਸ ਤਰ੍ਹਾਂ ਦੇ ਨਾਲ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਕੈਬਨ ਮੰਤਰੀ ਪ੍ਰਜਿੰਦਰ ਬਾਜਵਾ ਸਿੱਖਿਆ ਮੰਤਰੀ ਪਰਗਤ ਸਿੰਘ ਤੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪਹੁੰਚੇ ਤੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਿਆਂ ਇਸ ਮੌਕੇ ਤੇ 5 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ।